ਭਾਜਪਾ ਨੂੰ ਪਿਛਲੀ ਵਾਰ EVM ਹੈਕ ਕਰਕੇ ਜਿੱਤ ਦਿਵਾਉਣ ਵਾਲੇ ਹੈਕਰ ਸ਼ਾਹਿਦ ਸੂਜਾ ਨੇ ਅੱਜ ਵੋਟਿੰਗ 'ਤੇ ਕਿਸ ਕਿਸ ਸੀਟ 'ਤੇ ਕਿਹੜੇ ਉਮੀਦਵਾਰ ਨੂੰ ਜ਼ੀਰੋ ਕੀਤਾ ਹੈ ਇਸ ਬਾਰੇ ਉਸਨੇ ਅੱਜ ਲਾਈਵ ਹੋ ਕੇ ਦੱਸਿਆ। ਕੁਛ ਦਿਨ ਨਿਊਜ਼ ਆਪਣੇ ਦਰਸ਼ਕਾਂ ਨੂੰ ਉਸਦੀ ਲਾਈਵ ਕਵਰੇਜ ਦਿਖਾ ਰਿਹਾ ਹੈ। ਆਪਨੇ ਅਗਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਅਤੇ ਨੋਟੀਫਿਕੇਸ਼ਨ ਵਾਲਾ ਬਟਨ ਦੱਬਣਾ ਨਾ ਭੁੱਲਣਾ ਤਾਂ ਕਿ ਚੈਨਲ ਦੀ ਹਰੇਕ ਵੀਡੀਓ ਆਪ ਨੂੰ ਮਿਲੇ। ਆਓ ਦੇਖਦੇ ਹਾਂ ਸੂਜਾ ਨੇ ਕੀ ਖੁਲਾਸਾ ਕੀਤਾ। ਹਾਂਜੀ, ਅਸਲਾਮ ਅਲੈਕੁਮ, ਨਮਸਕਾਰ। EVM ਹੈਕਿੰਗ ਕਾ ਇੱਕ ਨਿਊਜ਼ ਬੁਲੇਟਿਨ ਹੋ ਜਾਏ। ਨਿਊਜ਼ ਚੈਨਲੋਂ ਪੇ ਇਤਨੇ ਬੜੇ ਬੜੇ ਆਂਕੜੇ ਬਤਾਏ ਜਾ ਰਹੇ ਥੇ, ਬਾਈ ਗੋਡ, ਹੈਰਤ ਹੋ ਰਹੀ ਥੀ ਕਿ ਯੇ ਲੋਕ ਇਤਨਾ ਬੜਾ ਆਂਕੜਾ ਬਤਾ ਕੈਸੇ ਸਕਤੇ ਹੈਂ। ਬੜੀ ਹੈਰਤ ਹੋ ਰਹੀ ਥੀ, ਬਹੁਤ ਜ਼ਿਆਦਾ। ਮੈਂ ਤਸ਼ਵੀਸ਼ ਮੇਂ ਵੀ ਥਾ ਕਿ ਇਤਨਾ ਨੰਬਰ ਹੋ ਸਕਤਾ ਹੈ ਕਿਆ, ਇਤਨਾ ਨੰਬਰ ਹੋ ਸਕਤਾ ਹੈ। ਲੇਕਿਨ ਆਪ ਸਭ ਲੋਗੋਂ ਕੋ ਜਾਨ ਕੇ ਖੁਸ਼ੀ ਹੋ ਗਈ ਕਿ ਅਬ ਤੱਕ ਤੇਲੰਗਾਨਾ ਮੈਂ BJP ਜ਼ੀਰੋ ਪੇ ਚੱਲ ਰਹੀ ਹੈ, ਕੋਈ ਸੀਟ ਕੇ ਉੱਪਰ ਆਗੇ ਨਹੀਂ ਬੜੀ। ਆਂਧਰਾ ਮੈਂ BJP ਜ਼ੀਰੋ ਚੱਲ ਰਹੀ ਹੈ। ਉੱਤਰ ਪ੍ਰਦੇਸ਼ ਮੈਂ 8 ਮੈਂ ਸੇ 1 ਸੀਟ ਪੇ ਆਗੇ ਬੜਨੇ ਕੀ ਕੋਸ਼ਿਸ਼ ਕਰ ਰਹੇ ਥੇ, ਵਹਾਂ ਪੇ ਹਮਨੇ ਦਬਾ ਦਿਆ, ਤੋ ਵਹਾਂ ਪੇ ਵੀ ਵੋ ਜ਼ੀਰੋ ਪੇ ਚੱਲ ਰਹੇ ਹੈਂ। ਛੱਤੀਸਗੜ੍ਹ ਮੈਂ 1 ਪੇ, ਬਸਤਰ ਮੈਂ ਤੋ ਬਸਤਰ ਮੈਂ ਬਿਸਤਰ ਵਿਛਾ ਕੇ ਸੋ ਰਹੇ ਹੈਂ। ਜ਼ਬਰਦਸਤ, ਵਹਾਂ ਪੇ ਵੀ ਜ਼ੀਰੋ ਪੇ ਚੱਲ ਰਹੇ ਹੈਂ। ਪੱਛਮ ਬੰਗਾਲ ਮੈਂ 2 ਮੈਂ ਸੇ 0, ਔਰ ਉੱਤਰਾਖੰਡ ਮੈਂ, ਉੱਤਰਾਖੰਡ ਕਾ ਡੇਟਾ ਥੋੜ੍ਹਾ ਚੱਲ ਰਿਹਾ ਹੈ, ਲੇਕਿਨ ਉੱਤਰਾਖੰਡ ਮੈਂ ਵੀ 0 ਕੇ ਕਰੀਬ ਹੀ ਹੈ। ਤੇਲੰਗਾਨਾ ਕਾ ਤੋ ਬਤਾ ਦਿਆ। ਤੇਲੰਗਾਨਾ ਮੈਂ ਕਰੰਟ ਸਿਚੁਏਸ਼ਨ ਹੈ, 9 ਸੀਟੋਂ ਪੇ TRS ਆਗੇ ਚੱਲ ਰਹੀ ਹੈ, ਅੱਛਾ ਪ੍ਰਦਰਸ਼ਨ, ਔਰ ਕਾਂਗਰਸ 6 ਸੀਟੋਂ ਪੇ ਆਗੇ ਚੱਲ ਰਹੀ ਹੈ। MIM 1 ਸੀਟ ਕੇ ਉੱਪਰ ਹੈਦਰਾਬਾਦ ਕੀ, ਔਰ ਵੋ ਤੋ ਕਭੀ ਹਾਰ ਹੀ ਨਹੀਂ ਸਕਤੀ। ਆਂਧਰਾ ਪ੍ਰਦੇਸ਼ ਮੈਂ MP ਕੀ ਬਾਤ ਕਰ ਲੋ ਤੋ 22 ਸੀਟੋਂ ਪੇ YSR ਕਾਂਗਰਸ ਆਗੇ ਚੱਲ ਰਹੀ ਹੈ, 2 ਪੇ TDP ਆਗੇ ਚੱਲ ਰਹੀ ਹੈ, ਔਰ 1 ਪੇ ਕਾਂਗਰਸ ਆਗੇ ਚੱਲ ਰਹੀ ਹੈ, ਔਰ BJP 0। ਉੱਤਰ ਪ੍ਰਦੇਸ਼ ਮੈਂ JB ਨਗਰ ਡਾਕਟਰ ਸ਼ਰਮਾਤੇ ਹੋਏ ਨਜ਼ਰ ਆ ਰਹੇ ਹੈ ਬਹੁਤ ਜ਼ਿਆਦਾ, ਔਰ ਗਾਜ਼ੀਆਬਾਦ ਕਾ ਤੋ ਪੁੱਛੋ ਮਤ। ਗਾਜ਼ੀਆਬਾਦ ਮੈਂ ਵਿਜੇ ਕੁਮਾਰ ਸਿੰਘ VK ਸਿੰਘ ਸਾਹਿਬ ਫੌਜੀ ਥੇ, ਜਿਤਨਾ ਵੀ ਪੈਸਾ ਕਮਾਇਆ ਹੈ ਨਿਕਾਲ ਦਿਆ, ਤਭੀ ਵੀ ਪੀਛੇ ਹੀ ਜਾ ਰਹੇ ਹੈਂ, ਖੁਦ ਸੇ ਪੀਛੇ ਜਾ ਰਹੇ ਹੈਂ, ਹਮਾਰਾ ਕਾਟਨੇ ਕਾ ਕਾਟਨੇ ਸੇ ਪਹਿਲੇ ਹੀ ਖੁਦ ਹੀ ਪੀਛੇ ਜਾ ਰਹੇ ਹੈਂ, ਖੁਦ ਹੀ ਪੀਛੇ ਜਾ ਰਹੇ ਹੈਂ, ਤੋ ਅੱਛਾ ਲਗਾ। ਓੜੀਸਾ ਮੈਂ ਵੀ ਪੀਛੇ ਜਾ ਰਹੇ ਹੈਂ, 0 ਪੇ ਹੀ ਹੈ ਓੜੀਸਾ ਮੈਂ ਵੀ। BJD ਕਾ ਪ੍ਰਦਰਸ਼ਨ ਠੀਕ ਠਾਕ ਹੈ, ਆਸਾਮ ਮੈਂ ਵੀ ਹਮ ਕਾਟ ਹੀ ਲੇਂਗੇ। ਤੋ ਓਵਰਆਲ 70-75 ਸੀਟੋਂ ਸੇ ਜਹਾਂ ਪੇ ਹਮ ਟ੍ਰਾਂਸਮਿਸ਼ਨ ਕਰ ਰਹੇ ਹੈਂ, ਤੋ ਵਹਾਂ ਸੇ ਕਹੀਂ ਸੇ ਵੀ BJP ਆਗੇ ਨਹੀਂ ਬੜ ਰਹੀ। ਸਬਸੇ ਕਮਾਲ ਕੀ ਚੀਜ਼, ਮਹਾਰਾਸ਼ਟਰ ਮੈਂ 8-8 ਪੇ NDA ਗਠਬੰਧਨ ਪੀਛੇ ਜਾ ਰਹੇ ਹੈਂ। ਤੋ ਓਵਰਆਲ ਆਮ ਰੀਅਲੀ ਹੈਪੀ, ਮੁਝੇ ਬੜੀ ਖੁਸ਼ੀ ਹੋ ਰਹੀ ਹੈ ਕਿ ਮੇਰਾ ਕਾਮ ਮੈਨੂੰ ਥੋੜ੍ਹਾ ਆਸਾਨ ਹੈ ਅੱਜ, ਜ਼ਿਆਦਾ ਜ਼ਿਆਦਾ ਸੀਟੋਂ ਪੇ ਮੁਝੇ ਮਿਹਨਤ ਨਹੀਂ ਕਰਨੀ ਪੜੀ। ਔਰ ਥੈਂਕ ਯੂ ਟੂ ਐਵਰੀਵਨ ਜੋ ਵੈਨਸ ਜਾਂ SUVs ਜਾਂ ਮਿਨੀ ਵੈਨਸ ਕਾ ਨਜ਼ਰ ਰੱਖੇ ਹੋਏ ਹੈ, ਤੋ ਪਲੀਜ਼ ਡੂ ਸੋ। ਇੱਕ ਗਾੜੀ ਵਹਾਂ ਨਾਗਪੁਰ ਮੈਂ ਪਕੜੀ ਗਈ, ਜਿਸਕੇ ਬਾਰੇ ਮੈਂ ਨਿਊਜ਼ ਚੈਨਲ ਨੇ ਕਿਸੀ ਨੇ ਕੋਈ ਵੀ ਕਵਰੇਜ ਨਹੀਂ ਦਿਆ। ਜੋ ਲੋਕ ਫੋਟੋ ਖਿੱਚ ਰਹੇ ਥੇ ਉਨ ਲੋਕਾਂ ਕੇ ਹਾਥ ਮੇਂ ਸੇ ਫੋਨ ਖਿੱਚ ਲਿਆ ਗਿਆ ਪੁਲਿਸ ਦੁਆਰਾ, ਤੋ ਇਸਕੀ ਤਰਫ ਜ਼ਰਾ ਤਵੱਜੋ ਰੱਖੇ। ਆਗੇ ਘੰਟੇ 2 ਘੰਟੇ ਮੈਂ ਫਿਰ ਅਪਡੇਟ ਦੂੰਗਾ, ਲੇਕਿਨ ਇੱਕ ਗਾੜੀ ਨਾਗਪੁਰ ਮੈਂ ਪਕੜੀ ਗਈ, ਉਸਕੋ ਨਾ ਨਿਊਜ਼ ਨੇ ਕਵਰੇਜ ਦਿਆ ਨਾ ਲੋਕੋ ਕੋ ਤਸਵੀਰੇ ਖਿੱਚਣੇ ਦੀ ਗਈ। ਤੋ
अभी उनकी गाड़ियां भी बाहर निकलने से कतरा रही है। तो थैंक यू, हैट्स ऑफ टू एवरीवन, बड़ा मज़ा आ रहा है, खुशी हो रही है। नंबर जैसे जैसे बढ़ते जाएंगे वैसे वैसे मैं दिखाता जाऊंगा, ज़्यादा टाइम नहीं लूँगा और ज़्यादा टाइम यहाँ पे बिताऊंगा भी नहीं। लेकिन अच्छा लगा। सो दिस वॉज द EVM हैकिंग बुलेटिन, और 1-2 घंटे में फिर न्यू अपडेट दूंगा। और आंध्र प्रदेश का असेंबली इलेक्शन पे देखो तो 129 सीटों पे, 129 सीटों पे YSR कांग्रेस आगे चल रही है, करीब 28 सीटों पे TDP आगे चल रही है, और बाकी पे कांग्रेस और एक निर्दलीय, वहाँ पे भी BJP 0 ही जा रही है। तो ओवरऑल बहुत अच्छा प्रदर्शन है आवाम का, ऐसे ही डटे रहो। इनको इनकी जमानतें भी जब्त कराने का हिसाब, यू ट्राई टू डू दैट, बड़ा अच्छा लग रहा है, खुशी हो रही है। वो मेरे पास अल्फाज नहीं है बोलने के लिए, आई एम रियली फैसिनेटेड विद द नंबर्स। तो 1-2 घंटे में फिर मिलते हैं। जय।